ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰ ਫਿਰ ਤੋਂ ਅੱਜ ਇਸ ਨਵੇਂ ਵੀਡੀਓ ਵਿੱਚ ਸੋ ਹਰ ਵਾਰ ਕੋਸ਼ਿਸ਼ ਰਹਿੰਦੀ ਹੈ ਕਿ ਨਵੀਂ ਡਿਵੈਲਪਮੈਂਟ ਕੋਈ ਵੀ ਅਗਰ ਸਟੂਡੈਂਟ ਵੀਜ਼ਾ ਨੂੰ ਲੈ ਕੇ ਹੁੰਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਵੇ ਸੋ ਅੱਜ ਵੀ ਇਸ ਤਰ੍ਹਾਂ ਦੀ ਇੱਕ ਡਿਵੈਲਪਮੈਂਟ ਲੈ ਕੇ ਆਏ ਆ ਕਿ ਕੈਨੇਡਾ ਵਿੱਚ ਵਿਦਆਊਟ ਆਇਲਸ ਐਡਮਿਸ਼ਨ ਜੀ ਆਹ ਦੋਸਤੋ ਤੁਸੀਂ ਸਹੀ ਸੁਣਿਆ ਸੋ ਕਾਫੀ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੋਵੇਗਾ ਕਿ ਕੁਝ ਯੂਨੀਵਰਸਿਟੀ ਜਿਹੜੀਆਂ ਨੇ ਜਾਂ ਕੋਲਿਜ ਦੀ ਆਪਾਂ ਗੱਲ ਕਰ ਲਈਏ ਜਿਹੜੇ ਅੰਡਰ ਐਸਡੀਐਸ ਆਉਂਦੇ ਆ ਜਿੱਥੇ ਆਪਾਂ ਪਹਿਲਾਂ ਨਾਰਮਲ ਫਾਈਲਸ ਲਾਉਂਦੇ ਸੀ ਔ 6 ਓਵਰ ਓਲ ਨਾਟ ਲੈਸ ਥੈਨ 6 ਮੀਨ ਟੂ ਸੇ ਕਿ ਇੱਕ ਚੋ 5.5 ਵੀ ਹੁੰਦੇ ਸੀ ਤਾਂ ਉਹ ਐਡਮਿਸ਼ਨ ਦੇਣ ਨੂੰ ਐਗਰੀ ਨਹੀਂ ਕਰਦੇ ਸੀਗੇ ਸੋ ਕਰੰਟ ਸਿਨੈਰੀਓ ਜਦੋਂ ਕਿ ਆਇਸ ਐਗਜ਼ਾਮ ਜਿਹੜੇ ਨੇ ਉਹ ਬਾਰ ਬਾਰ ਪੋਸਟਪੋਨ ਹੋ ਰਹੇ ਨੇ ਸੋ ਐਗਜ਼ਾਮ ਕੰਡਕਟ ਨਹੀਂ ਹੋ پا ਰਹੇ ਸੋ ਨਵੇਂ ਬੱਚੇ ਜਿਨ੍ਹਾਂ ਨੇ ਪਲੱਸ 2 ਦੇ ਐਗਜ਼ਾਮ ਦਿੱਤੇ ਹੋਏ ਸੀਗੇ ਜਾਂ ਕਈਆਂ ਦੇ ਐਗਜ਼ਾਮ ਰਹਿੰਦੇ ਨੇ ਉਹਨਾਂ ਦੇ ਜਿਨ੍ਹਾਂ ਦੇ ਐਗਜ਼ਾਮ ਰਹਿੰਦੇ ਨੇ ਉਹਨਾਂ ਦੇ ਅਜੇ ਐਗਜ਼ਾਮ ਹੋਣ ਵਾਲੇ ਨੇ ਜੁਲਾਈ ਚ ਹੋਣਗੇ ਜਿਨ੍ਹਾਂ ਦੇ ਰਿਜ਼ਲਟ ਪੈਂਡਿੰਗ ਨੇ ਉਹਨਾਂ ਦੇ ਅਜੇ ਰਿਜ਼ਲਟ ਆਣਗੇ ਉਸ ਤੋਂ ਬਾਅਦ ਉਹ ਬੱਚੇ ਜਿਹੜੇ ਆ ਆਪਣੀ ਐਪਲੀਕੇਸ਼ਨ ਬਾਰੇ ਸੋਚਣਗੇ ਸੋ ਯੂਨੀਵਰਸਿਟੀ ਦੇ ਉੱਪਰ ਕਿਤੇ ਨਾ ਕਿਤੇ ਜਾਂ ਕਾਲਜ ਦੇ ਉੱਪਰ ਐਡਮਿਸ਼ਨ ਨੂੰ ਲੈ ਕੇ ਜਿਹੜਾ ਉਹ ਕਾਫੀ ਪ੍ਰੈਸ਼ਰ ਹੈ ਸੋ ਇਸ ਲਈ ਉਹ ਥੋੜਾ ਜਿਹਾ ਹੋਰ ਲੀਨਿਐਂਟ ਹੁੰਦੇ ਹੋ ਚੁੱਕੇ ਨੇ ਜਿੱਦਾਂ ਆਪਾਂ ਪਹਿਲਾਂ ਪਤਾ ਸੀਗਾ ਕਿ ਦੋ ਚੋਂ 5.5 ਤੇ ਐਡਮਿਸ਼ਨ ਮਿਲਦੀ ਸੀਗੀ ਡੁਲਿੰਗੋ ਬੇਸ ਤੇ ਐਡਮਿਸ਼ਨ ਮਿਲਦਰੀ ਸੀਗੀ ਇਵਨ ਕਈ ਜਗ੍ਹਾ ਤੇ ਇੱਕ ਚੋ ਪੰਜ ਤੇ ਵੀ ਐਡਮਿਸ਼ਨ ਮਿਲਦੀ ਸੀਗੀ ਸੋ ਹੁਣ ਸਿਨੈਰੀਓ ਕੀ ਹੋਇਆ ਕਿ ਕੁਝ ਯੂਨੀਵਰਸਿਟੀ ਤੇ ਕਾਲਜ ਜਿਹੜੇ ਨੇ ਜਿਹੜੇ ਅੰਡਰ ਐਸਟੀਏ ਸੀ ਆਂਦੇ ਨੇ ਸੋ ਜਿੰਨਾਂ ਕੋਲ ਡੀਐਲਾਈ ਨੰਬਰ ਵੀ ਹੈ ਉਹਨਾਂ ਨੇ ਕੀ ਕੀਤਾ ਹੈ ਅਨਾਉਂਸ ਕਰਤਾ ਹੈ ਕਿ ਅਗਰ ਤੁਸੀਂ ਰਿਕੁਆਇਰਮੈਂਟ ਪੂਰੀ ਕਰਦੇ ਹੋ ਉਹ ਮੈਂ ਤੁਹਾਨੂੰ ਅਗੇ ਐਕਸਪਲੇਨ ਕਰਦਾ ਤਾਂ ਤੁਸੀਂ ਵਿਦਆਊਟ ਆਇਲਸ ਵੀ ਜਿਹੜੀ ਆ ਅਨਕੰਡੀਸ਼ਨਲ ਆਫਰ ਲੈਟਰ ਤੁਸੀਂ ਲੈ ਸਕਦੇ ਹੋ ਜੇ ਆ ਦੋਸਤੋ ਇੱਕ ਹੁੰਦਾ ਕਿ ਆਪਾਂ ਆਫਰ ਲੈਟਰ ਅਪਲਾਈ ਕਰਦੇ ਹਾਂ ਕੰਡੀਸ਼ਨਲ ਉੱਤੇ ਕੰਡੀਸ਼ਨਸ ਹੋਏਗੀ ਉਹ ਚ ਹੁੰਦਾ ਕਿ ਤੁਸੀਂ ਆਇਲਸ ਦਾ ਸਕਸੈਸਫੁਲ ਐਗਜ਼ਾਮ ਦੋਗੇ ਜਾਂ ਇਸ लेटर इशू ਕਰ ਚੁੱਕੇ ਕਰਦਣਾ ਸਟਾਰਟ ਕਰ ਦਿੱਤਾ ਹੈ ਉਹਦੇ ਵਿੱਚ ਕੀ ਆ ਕਿ ਉਹ ਅਨ ਕੰਡੀਸ਼ਨਲ ਆਫਰ ਲੈਟਰ ਮਤਲਬ ਕੋਈ ਵੀ ਕੰਡੀਸ਼ਨ ਉਸ ਤੇ ਹੈ ਨਹੀਂ ਤੁਸੀਂ ਵਿਦਆਉਟ ਆਇਲਸ ਵੀ ਜਿਹੜਾ ਉਹ ਆਪਣੀ ਐਡਮਿਸ਼ਨ ਆ ਉਹ ਸਿਕਯੂਰ ਕਰ ਸਕਦੇ ਹੋ ਸੋ ਉਹਦੇ ਵਿੱਚ ਹੈ ਕਿ ਕਿ ਤੁਹਾਡਾ ਪਰਸਨ ਵਾਈਸ ਸਕੋਰ ਜਿਹੜਾ ਉਹ ਅਕੈਡਮਿਕ ਵਾਈਸ ਅਗਰ ਗੱਲ ਕਰੀਏ ਤਾਂ ਉਹ ਅੱਛਾ ਹੋਣਾ ਚਾਹੀਦਾ ਮਤਲਬ ਅਗਰ CBSE ਬੋਰਡ ਤੋਂ ਤੁਸੀਂ ਅਗਰ ਪੜ੍ਹੇ ਹੋ ਤਾਂ ਅਗਰ 65% ਤੁਹਾਡੇ ਜਿਹੜੇ ਉੱਤੇ ਨੰਬਰ ਹੈਗੇ ਨੇ ਜਾਂ ਪਰਸੈਂਟ ਵਾਈਸ ਸਕੋਰ ਹੈਗਾ ਜਾਂ ਜੇ ਤੁਸੀਂ ਪੰਜਾਬ ਬੋਰਡ ਤੋਂ ਕੀਤੀ ਹੈ ਤਾਂ ਅਗਰ 70% ਜਾਂ ਇਸ ਤੋਂ ਵੱਧ ਦਾ ਸਕੋਰ ਹੋਏਗਾ ਤੇ ਤੁਹਾਨੂੰ इजीली ਇਸ ਕਾਲਜ ਜਾਂ ਯੂਨੀਵਰਸਿਟੀ ਦੇ ਵਿਚ ਜਿਹੜੀ ਆ ਉਹ ਐਡਮਿਸ਼ਨ ਮਿਲ ਜੇਗੀ ਉਹ ਵੀ ਤੁਹਾਨੂੰ ਆਫਰ ਲੈਟਰ ਮਿਲੇਗਾ ਅਨ ਕੰਡੀਸ਼ਨਲ ਬਿਨਾ ਕਿਸੇ ਕੰਡੀਸ਼ਨ ਦੇ ਸੋ ਇਹ ਜਿਹਨੇ ਡਵੈਲਪਮੈਂਟ ਨੇ ਹੌਲੀ ਵਾਲੀ ਹੁੰਦੀਆਂ ਨੇ ਇਹਦਾ ਰੀਜ਼ਨ ਮੈਂ ਤੁਹਾਨੂੰ ਐਕਸਪਲੇਨ ਕਰ ਹੀ ਚੁੱਕਿਆ ਸੋ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ 'ਚ ਉਮੀਦ ਜਾਗ ਰਹੀ ਏ ਕਿ ਜਿੱਦਾਂ ਯੂਨੀਵਰਸਿਟੀ ਜਿਹੜੀਆਂ ਨੇ ਉਹ ਸਟੂਡੈਂਟ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀਆਂ ਨੇ ਪ੍ਰੈਸ਼ਰ ਦੇ ਵਿੱਚ ਉਹਨਾਂ ਨੂੰ ਸਟੂਡੈਂਟਸ ਦੀ ਰਿਕੁਆਇਰਮੈਂਟ ਵੀ ਹੈਗੀ ਹੈ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਸੋ ਕੰਟਰੀ ਵਾਈਜ਼ ਵੀ ਅਗਰ ਗੱਲ ਕਰੀਏ ਤਾਂ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹਾਈ ਕਮਿਸ਼ਨ ਹੈ ਉਹ ਇੰਗਲਿਸ਼ ਨੂੰ ਲੈ ਕੇ ਜਿਹੜਾ ਅੱਗੇ ਲੀਨੀਅਰ ਟੈਸਟ ਸਕਦਾ ਸੋ ਇਹਦੀ ਚੀਜ਼ਾਂ ਦੇ ਉੱਪਰ ਜੋ ਵੀ ਨਵੀਂ ਅਪਡੇਟ ਆਏਗੀ ਉਹ ਆਪਾਂ ਤੁਹਾਡੇ ਨਾਲ ਜਿਹੜੀ ਹੈ ਜਰੂਰ ਸ਼ੇਅਰ ਕਰਾਂਗੇ ਸੋ ਹਾਲ ਦੀ ਗੱਲ ਜੇ ਗੱਲ ਕਰੀਏ ਤਾਂ ਇਹ ਅੱਛਾ ਚਾਂਸ ਉਹਨਾਂ ਬੱਚਿਆਂ ਲਈ ਜਿਹੜੇ ਰਿਜ਼ਲਟ ਆ ਚੁੱਕੇ ਆ ਸੀਗਾ ਪਰਸੈਂਟ ਵਾਈਜ਼ ਸਕੋਰ ਅੱਛਾ ਹੈ ਪਰ ਐਡਮਿਸ਼ਨ ਕੰਡੀਸ਼ਨਲ ਆਫਰ ਲੈਟਰ ਲੈ ਰਹੀ ਸੀ ਜਾਂ ਅਨ ਕੰਡੀਸ਼ਨਲ ਆਫਰ ਲੈਟਰ ਉਹਨਾਂ ਨੂੰ ਨਹੀਂ ਮਿਲ ਰਿਹਾ ਸੀਗਾ ਸੋ ਅੱਗੇ ਚੱਲ ਕੇ ਆਲਸ ਦਾ ਐਗਜ਼ਾਮ ਹੁੰਦਾ ਕਿ ਨਹੀਂ ਹੁੰਦਾ ਉਹ ਬਾਅਦ ਦੀਆਂ ਗੱਲਾਂ ਨੇ ਬਟ ਰਾਈਟ ਨਾਊ ਕੋਈ ਵੀ ਦੋਸਤ ਜਿਹੜਾ ਆਪਣੀ ਐਪਲੀਕੇਸ਼ਨ ਜਿਹੜੀ ਆ ਉਹ ਪ੍ਰ ਵੀ ਅਨ ਕੰਡੀਸ਼ਨਲ ਤਾਂ ਉਹ ਬਿਲਕੁਲ ਕੰਟੈਕਟ ਕਰ ਸਕਦਾ ਹੈ ਸੋ ਦੋਸਤੋ ਸਹੀ ਟਾਈਮ ਹੈ ਜਿੰਨਾ ਦੋਸਤਾਂ ਨੂੰ ਅਜ ਤੱਕ ਐਗਜ਼ਾਮ ਨਹੀਂ ਦਿੱਤਾ ਹੈ ਤੇ ਆਪਣੀ ਐਡਮਿਸ਼ਨ ਕਰਨਾ ਚਾਹੁੰਦੇ ਨੇ ਉਹ ਇਸ ਟਾਈਮ ਦਾ ਜਿਹੜਾ ਵਾਤਵਾਤ ਮੌਕਾ ਲੈ ਸਕਦੇ ਨੇ ਸੋ ਅੰਬੈਸੀ ਦੇ ਟ੍ਰੈਂਡ ਨੂੰ ਅਗਰ ਗੱਲ ਕਰੀਏ ਥੋੜਾ ਜਿਹਾ ਮੈਂ ਇੱਥੇ ਐਡ-ਆਨ ਕਰਨਾ ਚਾਹਾਂਗਾ ਚੀਜ਼ਾਂ ਸੋ ਅੱਗੇ ਚੱਲ ਕੇ ਜਿਹੜੀ ਉਮੀਦ ਲਗਾਈ ਜਾ ਰਹੀ ਹੈ ਕਿ ਜੇ ਇਦਾਂ ਹੀ ਇਹ ਚੀਜ਼ਾਂ ਚੱਲਦੇ ਰਹੀਆਂ ਤਾਂ ਅੱਗੇ ਜਾ ਕੇ ਹੋ ਸਕਦਾ ਹੈ ਕਿ ਅੰਬੈਸੀ ਵੱਲੋਂ ਵੀ ਕਈ ਤਰ੍ਹਾਂ ਦੀ ਰਿਲੈਕਸੇਸ਼ਨ ਜਿਹੜੀਆਂ ਅਨਾਉਂਸ ਹੋ ਜਾਣ ਸੋ ਇਹ ਬਹੁਤ ਜਲਦਬਾਜ਼ੀ ਹੋएगी ਆਪਾਂ ਨੂੰ ਇਸ ਫਿਰ ਕਹਿ ਰਹੇ ਆ ਕਿ ਉਹੀ ਯੂਨੀਵਰਸਿਟੀ ਉਹੀ ਕਾਲਜ ਜਿਹੜੇ ਐਸ ਡੀ ਐਸ ਵਿੱਚ ਐਡਮਿਸ਼ਨ ਦਿੰਦੇ ਸੀਗੇ ਉਹ ਹੁਣ ਜਿਹੜੇ ਤੁਹਾਨੂੰ ਅਨ ਕੰਡੀਸ਼ਨਲ ਆਫਰ ਲੈਟਰ ਆ ਉਹ ਨਵੇਂ ਸਿਰੇ ਤੋਂ ਜਿਹੜੇ ਨੇ ਵਿਦਆਊਟ ਆਈਐਸ ਵੀ ਜਿਹੜਾ ਉਹ ਦੇਣਾ ਸਟਾਰਟ ਕਰ ਚੁੱਕੇ ਨੇ ਸੋ ਅੰਬੈਸੀ ਦਾ ਪ੍ਰੋਸੈਸ ਅਲੱਗ ਹੁੰਦਾ ਉਹਦੇ ਉੱਤੇ ਜੋ ਵੀ ਡਿਵੈਲਪਮੈਂਟ ਅੱਗੇ ਚੱਲ ਕੇ ਆਣ ਗਈਆਂ ਤੁਸੀਂ ਸੁਜੈਸ਼ਨ ਤੇ ਵੀ ਹੈ ਕਿ ਜਿੱਦਾਂ ਪੀਟੀ ਜਾਂ ਬੁਕਿੰਗ ਅਗਰ ਸਟਾਰਟ ਹੋ ਚੁੱਕੀ ਹੈ ਜਾਂ ਆਈਐਸ ਜਿੱਦਾਂ ਸਟਾਰਟ ਹੁੰਦੀ ਤੁਸੀਂ ਉਸ ਐਗਜ਼ਾਮ ਤੇ ਵਰਕ ਕਰੋ ਬਟ ਰਾਈਟ ਨਾਊ ਤੁਸੀਂ ਆਪਣੀ ਐਡਮਿਸ਼ਨ ਨੂੰ ਲੈ ਕੇ ਜਿਹੜੀ ਚਿੰਤਾ ਛੱਡ ਦਿਓ ਤੁਸੀਂ ਆਪਣੀ ਐਡਮਿਸ਼ਨ ਸ ਉਮੀਦ ਕਰਦਾ ਹਾਂ ਦੋਸਤੋ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਉਣ ਵਾਲੇ ਟਾਈਮ ਵਿੱਚ ਕੋਈ ਵੀ ਡਿਵੈਲਪਮੈਂਟ ਇਸ ਦੇ ਅਗਰ ਇਸ ਵਿੱਚ ਆਂਦੀ ਹੈ ਜਾਂ ਕੋਈ ਵੀ ਐਮਬੈਸੀ ਵੱਲੋਂ ਕੋਈ ਅਪਡੇਟ ਆਂਦੀ ਹੈ ਜਾਂ ਯੂਨੀਵਰਸਿਟੀ ਜਾਂ ਕਾਲਜ ਵੱਲੋਂ ਕੋਈ ਵੀ ਨਵੀਂ ਤਰ੍ਹਾਂ ਦੀ ਅਪਡੇਟ ਜਦੋਂ ਆਂਦੀ ਹੈ ਤੇ ਤੁਹਾਡੇ ਸਾਹਮਣੇ ਜਿਹੜਾ ਟਾਈਮਲੀ ਲਿਆਉਣ ਦੀ ਕੋਸ਼ਿਸ਼ ਕੀਤੀ ਰਹੇਗੀ ਸੋ ਅੱਜ ਲਈ ਇੰਨਾ ਹੀ ਇਜਾਜ਼ਤ ਦਿਓ ਫਿਰ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਵਿੱਚ ਕਿਸੇ ਨਵੀਂ ਇਨਫੋਰਮੇਸ਼ਨ ਦੇ ਨਾਲ ਤਦ ਤੱਕ ਲਈ ਧੰਨਵਾਦ